खनौरी बॉर्डर से एक दुखदाई खबर सामने आई है मिली जानकारी के मुताबिक किसान आंदोलन के दौरान एक 23 वर्षीय नौजवान की मौत हो गई है तो वहीं घायल किसानों और नौजवानों को पातड़ा और इलाके के अन्य अस्पतालों में दाखिल करवाया गया है इस मौके पर किसान नेता बलदेव सिंह सिरसा और नौजवानों ने मीडिया से बातचीत करते हुए कहा कि उनका एक नौजवान खनौरी बॉर्डर पर शहीद हो गया है और दर्जनों नौजवान शहीद हो चुके हैं पता नहीं उनके साथ और क्या कुछ होगा संगरूर से हलचल के लिए जसवीर मान की रिपोर्ट ਕੋਈ ਪਤਾ ਨਹੀਂ ਮੈਂ ਤਾਂ ਇੱਥੇ ਹੁਣ ਜਦੋਂ ਜ਼ਖਮੀ ਹੋਏ ਉਹਨਾਂ ਨੂੰ ਲੈ ਕੇ ਇੱਥੇ ਆ ਗਿਆ ਐਂਬੂਲੈਂਸ ਵਿੱਚ ਤੇ ਮੈਨੂੰ ਕੋਈ ਪਤਾ ਨਹੀਂ ਕਿੰਨੀ ਗਿਣਤੀ ਚ ਹੈ ਤੇ ਅਜੇ ਸਾਡੇ ਨਾਲ ਕੀ ਹੋਣਾ ਹੈ ਇਹ ਤੇ ਇੱਕ ਬਾਰਡਰ ਦੀ ਹਾਲਤ ਹੈ ਦੂਸਰੇ ਬਾਰਡਰ ਦੀ ਕੀ ਹਾਲਤ ਹੈ ਕੋਈ ਪਤਾ ਨਹੀਂ ਜਿਸ ਕਰਕੇ ਮੈਂ ਜਿਹੜੀ ਅਪੀਲ ਕੀਤੀ ਆ ਉਹਦੇ ਵੱਲ ਧਿਆਨ ਦੇਣ ਤੇ ਮਾਨਯੋਗ ਸੁਪਰੀਮ ਕੋਰਟ ਨੂੰ ਮੈਂ ਅਪੀਲ ਕਰਨੀ ਚਾਹਣਾ ਹੈ ਜਿੰਨੇ ਵੀ ਇੱਕ ਜਿਹੜੇ ਵਕੀਲ ਨੇ ਖਾਸ ਕਰਕੇ ਦੁਸ਼ਯੰਤ ਦਵੇ ਜੀ ਜਾਂ ਹੋਰ ਜਿਹੜੇ ਛੋਟੀ ਦੇ ਵਕੀਲ ਨੇ ਬੈਂਸ ਰਜਿੰਦਰ ਬੈਂਸ ਜੀ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਹ ਅਪੀਲ ਕਰਦਾ ਤੇ ਭਾਈ ਹੁਣ ਤੁਹਾਡਾ ਬੈਠਣ ਦਾ ਸਮਾਂ ਨਹੀਂ ਤੇ ਇਹਦੀ ਜਿਹੜੀ ਸਾਡੀ ਆਵਾਜ਼ ਆ ਇਹਨੂੰ ਪੋਰਟਾਂ ਤੱਕ ਪਹੁੰਚਾ ਕੇ ਤੇ ਇਹ ਰਸਤੇ ਖਲਵਾਓ ਤੇ ਇਹ ਸਾਡੇ ਤੇ ਜਿਹੜਾ ਜ਼ੁਲਮ ਹੋ ਰਿਹਾ ਗੋਲੀਆਂ ਚੱਲ ਰਹੀਆਂ ਨੇ ਇਹਨਾਂ ਨੂੰ ਬਚਾ ਦਿੱਤਾਗਾ ਜਿਹੜਾ ਮਤਲਬ ਪਟਿਆਲੇ ਕੀਤਾ ਰਜਿੰਦਰਾ ਦੇ ਵਿੱਚ ਤੇ ਨੌਜਵਾਨ ਜਿਹੜੇ ਨੇ ਸਾਰੇ ਵੀ ਮਤਲਬ ਅਸੀਂ ਤਾਂ ਜਿੰਨਾ ਸਾਡਾ ਫਰਜ਼ ਬਣਦਾ ਸੀ ਇਹੀ ਗੱਲ ਆਗੂਆਂ ਨੂੰ ਕਹਿੰਦੇ ਆ ਵੀ ਆਪਾਂ ਯਾਰ ਆਪਣੀ ਨੌਜਵਾਨੀ ਨੂੰ ਵੀ ਦੇਖੀ ਹੈ ਨਾ ਕੀ ਹਾਲਾਤ ਬਣੇ ਸੀ ਉੱਤੇ ਨੌਜਵਾਨ ਦੇ ਕੀ ਸੱਟਾਂ ਬੱਜੀਆਂ ਨੇਗੇ ਸੱਟਾਂ ਵੀਰੇ ਉੱਥੋਂ ਤੁਸੀਂ ਇਹ ਮੰਨ ਲਓਗੇ ਅੰਦਰੋਂ ਫਾਇਰਿੰਗ ਹੋਈ ਹੈ ਜਿਹੜੀ ਦੂਜੇ ਪਾਸੋਂ ਉਹ ਸੱਟਾਂ ਲੱਗੀਆਂ ਨੇ ਡੇਂਜਰ ਸੱਟ ਹੈ ਕੀ ਡੇਂਜਰ ਹੈ ਕੀ ਡਾਕਟਰ ਸਾਹਿਬ ਨੇ ਦੱਸਿਆ